ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸਾਰੇ ਠੀਕ ਠਾਕ ਹੋ? ਅੱਜ ਦੇ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਸਵੀਟੀ ਤੋਂ। ਸਵੀਟੀ ਇੱਧਰ ਆ ਮੇਰੇ ਕੋਲ, ਸਵੀਟੀ ਇੱਧਰ ਆ। ਇਹ ਸਾਡੀ ਸਵੀਟੀ ਹੈ ਜਿਹੜੀ, ਬਸ ਹਫ਼ਤੇ 10 ਦਿਨਾਂ ਬਾਅਦ ਆਪਣੇ ਜਿਹੜੇ ਨੰਨੇ ਮੁੰਨੇ ਬੱਚੇ ਆਉਣ ਵਾਲੇ ਆ, ਵਾਹਿਗੁਰੂ ਸੁੱਖ ਦਾ ਦਿਲ ਲੈ ਕੇ ਆਵੇ, ਕਿਉਂਕਿ ਲਾਸਟ ਟਾਈਮ ਹੈ ਜਿਹੜੀ ਸਵੀਟੀ ਦੀ ਸਾਡੀ ਦੀ ਡਿਲੀਵਰੀ ਖਰਾਬ ਹੋ ਗਈ ਸੀਗੀ, ਅਤੇ ਐਤਕੀ ਲੱਗ ਰਿਹਾ ਵੀ ਇਹ ਸਹੀ ਹੈਗੀ ਆ। ਸਵੀਟੀ ਕਿੰਨੇ ਪਟਾਕੇ ਦੇਂਗੀ? ਹੈ ਤਿੰਨ ਚਾਰ ਤਾਂ ਦੇ ਦੇਈ, ਚਾਰ ਚਾਰ ਕੁ ਤਾਂ ਦੇ ਹੀ ਦੇਈ। ਤੁਹਾਨੂੰ ਅਸੀਂ ਮਿਲਾਵਾਂਗੇ ਇਹਦੇ ਕਾਕਿਆਂ ਨਾਲ ਵੀ, ਅਤੇ ਜਦੋਂ ਇਹ ਸੂਪੀ, ਅਤੇ ਬਾਕੀ ਜੇ ਕਿਸੇ ਨੇ ਲੈਣੇ ਹੋਣਗੇ ਇਹਨਾਂ ਦੇ ਬੱਚੇ ਤਾਂ ਵੀ ਤੁਹਾਨੂੰ ਦੱਸਾਂਗੇ ਰੇਟ ਵਗੈਰਾ। ਤਾਂ ਉੱਧਰਲੇ ਵਿਹੜੇ ਚੱਲੀ ਹਾਂ, ਟਰੈਕਟਰ ਸਾਫ ਕਰਨ ਮੈਨੂੰ ਰਜਿੰਦਰ ਵਾਜਾ ਮਾਰੀ ਜਾਂਦੇ ਆ, ਕਿਉਂਕਿ ਉਹਨਾਂ ਨੇ ਮਾਰਨਿੰਗ ਜਾਣਾ ਹੈਗਾ ਪੜਾ ਲਾ ਜਲਦੀ। ਪਵਨ ਕੱਲ੍ਹ ਆਪਾਂ ਬੀਜਣੀ ਕਣਕ, ਸਵੇਰੇ ਸਿੱਧਿਆਂ ਲੱਗਾਂਗੇ, ਅਤੇ ਪਵਨ ਨੂੰ ਮੈਂ ਆਖਿਆ ਵੀ ਤੂੰ ਟਰੈਕਟਰ 'ਤੇ ਮਾਰ ਕੱਪੜਾ ਕੁੱਪੜਾ, ਅਤੇ ਨਾਲੇ ਇਹਦਾ ਕਰਨਾ ਆਪਾਂ ਏਲ ਕੈਲੰਡਰ ਸਾਫ਼। ਅਤੇ ਫਿਰ ਆਪਾਂ ਜਿਹੜਾ ਕਣਕ ਕੁਣਕ ਬੀਜ ਕੇ ਹੋ ਜਾਵਾਂਗੇ ਫ੍ਰੀ, ਅਤੇ ਸਵੇਰੇ ਅਸੀਂ ਦੂਜਾ ਸਵੇਰੇ ਅਸੀਂ ਲੱਗਾਂਗੇ, ਮੋਰਨਿੰਗ ਜਲਦੀ ਜਾਣਾ, ਸਵੇਰੇ ਟਾਈਮ ਨਾਲ ਲੱਗੂੰਗਾ ਮੈਂ, ਕਿਉਂਕਿ ਵਾਹੀ ਦਾ ਕੰਮ ਸਾਰਾ ਮੈਂ ਆਪ ਹੀ ਕਰਦਾ, ਕੋਈ ਡਰਾਈਵਰ ਤੋਂ ਪਹਿਲਾਂ ਕਰਾਉਂਦੇ ਰਹੇ ਹਾਂ, ਪਰ ਹੁਣ ਇੰਟਰਸਟਿੰਗ ਪੂਰੀ ਵਾਹੀ ਆਪਣੀ, ਅਤੇ ਆਪਾਂ ਆਪ ਹੀ ਕੰਮ ਕਰੀਦਾ, ਅਤੇ ਮਾਰਦੇ ਕੱਪੜਾ ਕੁੱਪੜਾ, ਫਿਰ ਰੇਲ ਕੈਲੰਡਰ ਕਰੀਏ ਸਾਫ਼। ਅਤੇ ਇੱਕ ਪਾਉਂਡ ਜਿਹੜਾ ਕੱਲ੍ਹ ਲੋਕ ਪੁੱਛ ਰਹੇ ਸੀ, ਕੱਲ੍ਹ ਪੁੱਛ ਰਹੇ ਸੀ, ਆਪਾਂ ਤਾਂ ਵੀਡੀਓ ਪਾਈ ਸੀਗੀ ਵੀ ਚਲੋ ਆਪਾਂ ਸੰਦ ਵਿਖਾਏ ਹੈ ਨਾ ਸਾਰੇ, ਸਟਾਰਟਿੰਗ 'ਚ ਤਾਂ ਕੋਹ ਸੰਦ ਵਿਖਾਏ। ਇੱਕ ਮਿੰਟ ਬਾਈ ਯਾਰ, ਤੁਸੀਂ ਸਾਰੀ ਵੀਡੀਓ ਦੇਖ ਲਿਆ ਕਰੋ ਪੂਰੀ, ਕਈ ਬੰਦੇ ਬਸ ਐਵੇਂ ਅੱਧੀ ਵੀਡੀਓ ਦੇਖਦੇ ਆ ਅਤੇ ਵਿੱਚ ਹੀ ਬਸ ਕਮੈਂਟ ਕਰਨ ਦੀ ਜਲਦੀ ਕਾਹਲੀ ਕਰਦੇ ਆ, ਇੱਦਾਂ ਨਾ ਕਰਿਆ ਕਰੋ, ਸਾਨੂੰ ਵੀ ਚੰਗਾ ਨਹੀਂ ਲੱਗਦਾ, ਜਿੱਦਾਂ ਤੁਸੀਂ ਪੂਰੀ ਵੀਡੀਓ ਦੇਖੀ ਨਹੀਂ ਹੁੰਦੀ, ਵੀਡੀਓ 'ਚ ਕੀ ਹੁੰਦਾ ਅਤੇ ਤੁਸੀਂ ਕੀ ਪੁੱਛਣ ਲੱਗ ਜਾਂਦੇ ਹੋ। ਦੱਸੋ ਵੀ ਪਿਓ ਵਰਗੇ ਟਰੈਕਟਰ ਹੁੰਦੇ ਆ ਆਪਣੇ, ਅਤੇ ਟਰੈਕਟਰ ਸਿਰਫ ਤੁਹਾਨੂੰ ਮੈਂ ਦੱਸਾਂ 80 ਘੰਟੇ ਚੱਲਿਆ, ਸਿਰਫ 80 ਘੰਟੇ ਚਲਾਇਆ, ਤੇ ਲੋਕ ਸਾਨੂੰ ਕਮੈਂਟਾਂ ਦੇ ਵਿੱਚ ਪੁੱਛਦੇ ਆ ਬਾਈ ਜੌਂਡੀਅਰ ਦਾ ਕੀ ਦੇਵੋਗੇ, 4 ਲੱਖ ਦੇਵੋਗੇ ਬਾਈ, 4 ਲੱਖ ਦਾ ਦੇ ਦਿਓ ਬਾਈ, ਇੰਨਾ ਦਾ ਦੇ ਦਿਓ। ਹਾਂ ਇਹ ਗੱਲਾਂ ਦੱਸੋ ਦੋਸਤੋ, ਕੋਈ ਪੁੱਛਣ ਵਾਲੀਆਂ? ਤੁਸੀਂ ਮੇਰੇ ਹੈ ਤਾਂ ਭਰਾ ਵੱਡੇ ਛੋਟੇ, ਕਿਹੜਾ ਕਿਹਾ ਸੀਗਾ ਵੀ ਅਸੀਂ ਜੌਂਡੀਅਰ ਵੇਚਣਾ? ਸੰਦ ਤਾਂ ਅਸੀਂ 2-4 ਵੇਚਣੇ ਸੀ, ਉਹ ਤੁਹਾਨੂੰ ਫਿਰ ਦਿਖਾ ਦਾਂਗੇ, ਅਤੇ ਉਹ ਆਹ ਟਰੈਕਟਰ ਦਾ ਪੁੱਛੀ ਜਾਂਦੇ, ਕਈ ਵਿਚਾਰੇ ਇਹਦਾ ਪੁੱਛੀ ਜਾਂਦੇ ਆ, ਪੁੱਛਿਆ ਸਾਡਾ ਇੱਧਰ ਵੇਖੋ ਆਵੇ ਦਾਦਿਆਂ ਵਰਗੇ ਟਰੈਕਟਰ ਖੜਾ ਪਿੱਛੇ, ਸਾਰਾ ਕੁਛ ਅਸੀਂ ਵੇਚ ਕੇ ਤੇ ਅਸੀਂ ਵਾਈ ਕਾਹਦੇ ਨਾਲ ਕਰਨੀ ਆ, ਅਸੀਂ ਜੇ ਸਾਰਾ ਕੁਛ ਵੇਚ ਦਈਏ ਤੇ ਅਸੀਂ ਦੱਸੋ ਹੱਥਲ ਹੋਣਾ। ਚੱਲ ਬਾਲਾ ਵੀ ਨਾ ਰਗੜ, ਬਾਲਾ ਨਾ ਰਗੜ, ਕਿਤੇ ਰੰਗ ਹੀ ਨਾ ਲਾ ਦੇ, ਹਾਲ ਤਾਂ ਆਪਣਾ ਚਾਹ ਹੀ ਨਹੀਂ ਮੱਠਾ ਹੋਇਆ, ਇਹ 8 ਲੱਖ 8-9 ਲੱਖ ਦੇ ਨੇੜੇ ਆਉਂਦਾ ਟਰੈਕਟਰ, ਅਤੇ ਵਿੱਚ ਬਾਈ ਹੈ ਤਾਂ ਭਰਾ ਹੀ ਆਪਣੇ ਛੋਟੇ ਵੱਡੇ, ਕੋਈ ਕਈਆਂ ਦਾ 4 ਦਾ ਦੇ ਦੇ, 5 ਦਾ ਦੇ ਦੇ, ਨਹੀਂ ਸਾਰੀ ਵੀਡੀਓ ਵੇਖੀ ਹੁੰਦੀਗੀ, ਪਰ ਵੀਡੀਓ ਤੁਸੀਂ ਪੂਰੀ ਦੇਖਿਆ ਕਰੋ, 4-5 ਦਾ ਦੱਸੋ ਵੀ ਹੁਣ ਆਪਾਂ ਕੋਈ ਲਾਟਰੀ ਤਾਂ ਲਿਆ ਨਹੀਂ ਹੈ, ਇਹੋ ਜਿਹੀ ਚੀਜ਼ ਹੈਗੀ ਹੈ ਜਿਹੜੀ ਆਪਾਂ ਬਸ ਕੱਢ ਹੀ ਦੇਵਾਂਗੇ ਤੇ ਬਸ। ਹਾਂ ਤੇ ਕਿੰਨੀਆਂ ਔਖੀਆਂ ਚੀਜ਼ਾਂ ਬਣਦੀਆਂ, ਤੇ ਇਹਨੂੰ ਪੁੱਛੀ ਜਾਂਦਾ ਕੋਈ ਕਹਿੰਦਾ 50,000 ਦਾ ਦੇ ਦੇ ਬਾਈ, 1 ਲੱਖ ਦਾ ਦੇ ਦੇ, ਕਮੈਂਟ ਤੁਸੀਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਪੜ੍ਹਿਓ, ਤੁਸੀਂ ਦੇਖ ਕੇ ਹੈਰਾਨ ਰਹੋਗੇ, ਵੀ ਦੱਸੋ ਵੀ ਕੋਈ ਕਹੀ ਜਾਂਦਾ ਟਰਾਲੀ ਵੇਚਦੇ, ਉਹ ਪਿਛਲੀਆਂ ਟਰਾਲੀਆਂ ਦੇ ਦੇ, ਉਹ ਟਰਾਲੀਆਂ ਦੇ ਦੇ, ਵੀ ਕੋਈ ਕਹੀ ਜਾਂਦਾ ਸੀ ਵੀ ਉਹ ਡਾਲੇ ਜੀ ਵਾਲੀ ਗੱਡੀ ਹੈ ਜਿਹੜੀ ਉਹ ਦੇ ਦਿਓ ਸਾਨੂੰ, ਤੇ ਆਪਾਂ ਸਿਰਫ 2-3 ਸੰਦ ਵੇਚਣੇ ਸੀਗੇ, ਇੱਕ ਤਾਂ ਵੇਚਣੇ ਸੀ ਉਹ ਜਿਹੜੇ ਹਲ ਹੈਗੇ ਆ ਬਾਗ ਵਾਲੇ ਹੈ ਨਾ 19 ਹਲ, ਅਤੇ ਇੱਕ ਆਪਾਂ ਵੇਚਣੇ ਹੈਗੇ ਆ ਸੀਲਰ ਨਰਮਾ ਸੀਲਨ ਵਾਲੇ, ਅਤੇ ਇੱਕ ਆਪਾਂ ਵੇਚਣਾ ਸੀ ਗੱਡਾ, ਇਹ 3 ਸੰਦਾਂ ਦੀ ਆਪਾਂ ਗੱਲ ਕੀਤੀ ਹੋਈ ਆ ਕਲੀਅਰ ਵੀ ਕਿਹੜੇ ਵੇਚਣੇ ਆ। ਇਹ ਕਹਿੰਦਾ ਬਾਈ ਵਰਨਾ ਕਿੰਨੇ ਦੇ ਵੇਚੇਂਗਾ, ਵਰਨਾ ਕਿਹੜਾ ਮਾਡਲ, ਕਿੰਨੇ ਲੱਖ ਦੀ ਦੇਵੇਂਗਾ, 4 ਦੀ ਦੇ ਦੇਵੇਂਗਾ, 3 ਦੀ ਦੇ ਦੇਵੇਂਗਾ। ਉਹ ਬਾਈ ਭਰਾਵੋ ਆਪਾਂ ਵੇਚ ਕੇ ਤਾਂ ਨਹੀਂ ਅਮਰੀਕਾ ਕਨੇਡਾ ਚੱਲੇ ਹਾਂ, ਅਤੇ ਤੁਸੀਂ ਯਾਰ ਵੀਡੀਓ ਪੂਰੀ ਦੇਖਦੇ ਨਹੀਂ ਗੇ, ਸੰਦ ਹੁੰਦੇ ਆਪਣੇ, ਮਤਲਬ ਕਿ ਆਪਾਂ ਇੱਕ ਤਾਂ ਅਸੀਂ ਨਰਮਾ ਵੀ ਗਾਂ ਨੂੰ ਐਤਕੀ ਘੱਟ ਸੀ, ਅਤੇ ਗਾਂ ਨੂੰ ਬੀਜਣਾ ਨਹੀਂ ਗਾ, ਤਾਂ ਸਾਡਾ ਇਰਾਦਾ ਸੀਗਾ ਨਰਮੇ ਵਾਲੇ ਸੀਲਰ ਦੇ ਦਈਏ। ਇੱਕ ਜਿਹੜੇ ਸਾਡੇ 19 ਹਲ ਇਹ ਅਸੀਂ 1-2 ਵਾਰੀ ਮਾਰੇ ਆ ਬਾਗ, ਸਾਡੇ ਕੋਲ 16-17 ਕਿੱਲੇ ਸੀ ਪਹਿਲਾਂ, ਹੁਣ ਰਹਿ ਗਏ 4 ਕੁ ਕਿੱਲੇ, ਅਤੇ ਇਹ ਸਾਰਾ
ਦੂਜਾ ਇਹਦੀ ਵੀ ਨਹੀਂ ਲੋੜ ਹੈਗੀ ਇਹਦੀ ਵੀ ਸਾਨੂੰ ਲੋੜ ਨਹੀਂਗੀ ਉਨੀ ਹਾਲ ਹੈ ਕਿੰਦਾ ਕੰਮ ਹੁੰਦਾ ਮੈਨੂੰ ਸ਼ੌਂਕ ਵੀ ਕੋਈ ਵੀ ਬਲਬ ਖਰਾਬ ਹੋ ਗਿਆ ਉਹਦਾ ਪੋਸਟਮਾਰਟਮ ਕਰਨਾ ਘਰੇ ਕੈਮਰੇ ਲਾਉਣੇ ਉਰਾਂ ਪਰਾਂ ਵੀ ਮੈਂ ਕਦੇ ਵੀ ਬੰਦਾ ਨਹੀਂ ਸੱਦ ਕੇ ਰਾਜ਼ੀ ਕਰੇ ਅਤੇ ਮੈਂ ਆਪ ਹੀ ਕਰਨ ਦੀ ਕੋਸ਼ਿਸ਼ ਕਰਦਾ ਅਤੇ ਸਾਡੇ ਉਹ ਸਾਹਮਣੇ ਕੈਮਰੇ ਸੀ ਉਹ ਇੱਕ ਥੋੜ੍ਹਾ ਸਾਫ਼ ਕਰਕੇ ਝਾੜ ਪੂੰਝ ਕਰਕੇ ਨਾ ਉਹਦੀ ਪੋਰਟਾ ਪਾਟਾ ਪੋਰਟ ਖਰਾਬ ਹੋ ਗਈ ਸੀ ਲਾਈਟ ਵਾਲੀ ਸ਼ਾਇਦ ਉਹ ਚੈੱਕ ਕਰਕੇ ਅਤੇ ਆਪਾਂ ਉਹ ਲਾਉਣਾ ਉਹ ਵੀ ਤੁਹਾਨੂੰ ਲਾ ਕੇ ਅਸੀਂ ਵੀਡੀਓ 'ਚ ਦਿਖਾਵਾਂਗੇ ਨਾਲੇ ਉਸ ਕੈਮਰੇ ਬਾਰੇ ਦੱਸਾਂਗੇ ਤੁਹਾਨੂੰ ਵੀ ਤੁਸੀਂ ਆਪਦੇ ਘਰ ਅੱਜ ਕੱਲ੍ਹ ਸਸਤੇ ਸੁੰਦਰ ਟਿਕਾਊ ਅਤੇ ਘੱਟ ਪੈਸਿਆਂ ਦੇ ਵਿੱਚ ਜ਼ਿਆਦਾ ਫਾਇਦੇ ਵਾਲੇ ਕਿਹੜੇ ਸੀ ਸੀ ਟੀ ਵੀ ਕੈਮਰੇ ਘਰ ਲਵਾ ਸਕਦੇ ਹੋ ਇਹ ਦੂਜਾ ਈਬੇ ਕੰਪਨੀ ਤੋਂ ਮੰਗਵਾਏ ਸੀ ਮੈਂ 2016 ਦੇ ਵਿੱਚ ਉਦੋਂ ਆਪਣੇ ਇੰਡੀਆ 'ਚ ਤਕਨੀਕ ਬਹੁਤ ਘੱਟ ਸੀਗੀ ਇਜਵਿਜ ਕੰਪਨੀ ਹੈ ਈਬੇ ਉਦੋਂ ਚਾਈਨਾ ਤੱਕ ਸਪੋਰਟ ਕੀਤੇ ਸੀਗੇ ਅਤੇ ਇਜਵਿਜ ਕੰਪਨੀ ਇਹ ਜਿਹੜੇ ਇਹ ਕੈਮਰੇ ਆ ਨਾ ਇਹ ਮਤਲਬ ਕਿ ਸਿੱਧਾ ਤੁਸੀਂ ਸੋਚ ਹੀ ਲਾਉਣਾ ਪਾਵਰ ਨਹੀਂ ਦੇਣੀ ਇਹਨੂੰ ਇਕੱਲੀ ਕੋਈ ਵਾਇਰ ਨਹੀਂ ਲੈ ਕੇ ਜਾਣੀ ਕੋਈ ਇਹਦੇ ਵਾਸਤੇ ਹਾਰਡ ਡਿਸਕ ਨਹੀਂ ਲਾਉਣੀ ਕੋਈ ਕੁਛ ਨਹੀਂ ਕਰਨਾ ਇਹ ਇੰਨੇ ਵਧੀਆ ਕੈਮਰੇ ਸਾਡੇ 6 ਸਾਲ ਹੋ ਗਏ ਲੱਗਿਆ ਨੂੰ ਘਰੇ ਵੀ ਘਰ ਪੂਰਾ ਕਵਰ ਕਰਦੇ ਆ ਤੁਹਾਡੇ ਫੋਨ 'ਤੇ ਮੈਸੇਜ ਆਊਗਾ ਨੋਟੀਫਿਕੇਸ਼ਨ ਜਾਊਗਾ ਜਦੋਂ ਘਰ ਕੋਈ ਆਊਗਾ ਵੀ ਪੂਰੇ ਹਾਈਟੈਕ ਕੈਮਰੇ ਆ ਅਸੀਂ ਚਾਈਨਾ ਤੋਂ ਉਦੋਂ ਐਕਸਪੋਰਟ ਕਰਵਾਏ ਸੀਗੇ ਇੱਥੇ ਇੰਡੀਆ 'ਚ ਨਹੀਂ ਆਉਂਦੇ ਸੀ ਹੁਣ ਤਾਂ ਇੰਡੀਆ ਦੇ ਵਿੱਚ ਹੋਰ ਵੀ ਬਹੁਤ ਕੰਪਨੀਆਂ ਸਸਤੇ ਵੀ ਇਸ ਤੋਂ ਆਉਣ ਲੱਗ ਗਏ ਉਦੋਂ 7-7 ਹਜ਼ਾਰ 6-6 7-7 ਹਜ਼ਾਰ ਦਾ ਇੱਕ ਪੀਸ ਪਿਆ ਸੀਗਾ ਅਤੇ ਵੀ ਬਾਹਲਾ ਜਾਲ ਜਿਹੜੇ ਆਪਾਂ ਆਮ ਕੈਮਰੇ ਲਵਾਉਣੇ ਆ ਜਿਹਦੇ 'ਚ ਡੀ ਵੀ ਆਰ ਲੱਗਦਾ ਜਾਂ ਹੋਰ ਵੀ ਕੁਛ ਆਈ ਵੀ ਆਰ ਲੱਗਦੇ ਆ ਉਹ 'ਚ ਤਾਰਾਂ ਦੇ ਜਾਲ ਬਹੁਤ ਵਿਛਾਉਣੇ ਪੈਂਦੇ ਆ ਤਾਰ ਕਦੀ ਧੁੱਪ 'ਚ ਸਰਕੰਡ ਹੋ ਗਈ ਕਦੀ ਟੁੱਟ ਗਈ ਜਿਹੜੇ ਇਹ ਕੈਮਰੇ ਆ ਇਹਨਾਂ ਦੇ ਸਿਰਫ ਤੁਹਾਨੂੰ ਪਾਵਰ ਦੇਣੀ ਹੈ ਅਤੇ ਬਾਕੀ ਸਾਰਾ ਵਾਇਰਲੈਸ ਤਰੀਕੇ ਨਾਲ ਕੰਮ ਚੱਲਦਾ ਲੋਕ ਆ ਜਿਹੜੇ ਹੈ ਨਾ ਕਈਆਂ ਨੂੰ ਨਹੀਂ ਪਤਾ ਹੁੰਦਾ ਗਾ ਵੀ ਕਈਆਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਗੀ ਅਤੇ ਵੀ ਜਿੰਨੇ ਜ਼ਿਆਦਾ ਕੈਮਰੇ ਹੋਣ ਉਨੀ ਜ਼ਿਆਦਾ ਸਿਕਿਉਰਿਟੀ ਹੋਊਗੀ ਆਪਾਂ 1-2 ਕੈਮਰਿਆਂ ਨਾਲ ਹੀ ਜਿਹੜੇ ਮੇਨ ਜਗ੍ਹਾ 'ਤੇ ਆਪਾਂ ਲਾ ਕੇ ਅਤੇ ਆਪਣੇ ਘਰ ਨੂੰ ਜਿਹੜਾ ਕਵਰ ਕਰ ਸਕਦੇ ਹਾਂ ਆਹ ਜਿਹੜੀ ਬੱਕਰੀ ਨੇ ਬਹੁਤ ਭੈੜੀ ਆ ਇਹ ਤਾਂ ਹੱਥ ਨਹੀਂ ਲਾਉਂਦੀ ਜਿਵੇਂ ਝੁੱਕੇ ਨੇ ਕਰਦੇ ਉਹ ਨਹੀਂ ਕੁਛ ਕਹਿੰਦੀ ਇਹਨੂੰ ਕੋਈ ਪੱਠੇ ਆ ਨਾ ਖਤਮ ਹੋਏ ਪਏ ਪਾਜੀ ਵਿਚਾਰੀ ਨੂੰ ਹਰੇ ਭੁੱਖ ਭਰ ਕੇ ਲੈ ਜਾਂਦੀ ਆ ਜੈ ਸ਼ਾਹ ਨਾ ਪੁੱਤ ਨਹੀਂ ਨਹੀਂ ਮਾਂ ਪੁੱਤ ਦੋਨੇ ਉਹ ਬੱਕਰੀ ਬੜੀ ਪਿਆਰੀ ਹੈ ਕਿਉਂ ਪਿਆਰੀ ਹੈ ਤੁਸੀਂ ਦੱਸੋ ਸਿੱਕਿਆਂ ਤੋਂ ਆਈ ਇਹਨਾਂ ਨੇ ਆਹ ਬੱਕਰੀ ਬੜੀ ਸਿਆਣੀ ਹੈ ਤੇ ਮੇਰਾ ਕਹਿਣਾ ਵੀ ਮੰਨਦੀ ਹੈ ਕਿਉਂਕਿ ਅਸੀਂ ਜਮਾਂ ਹੀ ਨਿੱਕੀ ਜਿਹੀ ਲੈ ਕੇ ਆਉਂਦੀ ਸੀ ਮੇਰੇ ਪੇਕਿਆਂ ਤੋਂ ਬੜੀ ਪਿਆਰੀ ਹੈ ਇਹ ਵਿਚਾਰੀ ਪਰ ਇਕੱਲੀ ਰਹਿ ਗਈ ਇਹਦਾ ਬੱਚਾ ਸੀਗਾ ਵਿਚਾਰੀ ਦਾ ਮਰ ਗਿਆ ਸੀ ਉਹਨੇ ਰੇਹ ਵਾਲਾ ਪਾਣੀ ਪੀ ਲਿਆ ਸੀਗਾ ਦੋਸਤੋ ਅਸੀਂ ਵੀ ਜਾਵਾਂਗੇ ਬਾਹਰ ਬਾਹਰ ਦੇ ਫੋਰਨ ਦੇ ਵੀ ਟ੍ਰਿਪ ਲਾਵਾਂਗੇ ਬਾਬਾ ਸੁੱਖ ਰੱਖੇ ਅਤੇ ਇੰਡੀਆ ਵੀ ਘੁਮਾਵਾਂਗੇ ਅਤੇ ਇੱਕ ਵਾਰ ਤਾਂ ਅਸੀਂ ਘੁਮਾ ਸਕਦੇ ਹਾਂ ਆਪਦਾ ਘਰ ਅਤੇ ਆਪਦੇ ਘਰ ਹੀ ਬਣਾ ਸਕਦੇ ਹਾਂ ਦੇਸੀ ਵਲੌਗ ਅਤੇ ਜੀ ਤੁਹਾਨੂੰ ਵਧੀਆ ਲੱਗਦੇ ਆ ਤਾਂ ਵੈਸੇ ਬਹੁਤ ਨੇ ਜਿਹੜੇ ਜਿਨ੍ਹਾਂ ਨੂੰ ਬਹੁਤ ਵਧੀਆ ਲੱਗਦੇ ਨੇ ਸਾਨੂੰ ਕਮੈਂਟਸ ਤੋਂ ਪਤਾ ਲੱਗਦਾ ਪਰ ਵਿੱਚੋਂ 2-4 ਹੁੰਦੇ ਆ ਜਿਨ੍ਹਾਂ ਨੂੰ ਨਹੀਂ ਵਧੀਆ ਲੱਗਦੇ ਨੋ ਪ੍ਰੋਬਲਮ ਅਤੇ ਜਿਨ੍ਹਾਂ ਨੂੰ ਵਧੀਆ ਲੱਗਦੇ ਬਸ ਉਹ ਇੱਦਾਂ ਹੀ ਪਿਆਰ ਕਰਦੇ ਰਹੋ ਤੇ ਲਾਈਕ ਤੇ ਸ਼ੇਅਰ ਕਰਦੇ ਰਹੋ ਸਾਡੇ ਦੋਨਾਂ ਵੱਲੋਂ ਤੁਹਾਨੂੰ ਲਵ ਜੂਗਾ ਤੇ ਅੱਜ ਦਾ ਬਲੌਗ ਲਾਈਕ ਤੇ ਸ਼ੇਅਰ ਕਰਦੇ ਨਾਲੇ ਅਸੀਂ ਵੀ ਆਪਾਂ ਕਰ ਦਿਓ ਤੇ ਬਲੌਗ ਦਾ ਐਂਡ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ